ਸੀ ਖੁੱਲਕੇ ਬੋਲ ਰਿਹਾ ਹਾਂ ਪਰ ਪੰਜਾਬ ಬಿಜೆಪಿ ਦੇ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਨੇ ਕਿ ਰਾਜਾ ਵੜਿੰਗ ਅੱਜ ਕੱਲ ਸੀਐਮ ਮਾਨ ਦੇ ਖਿਲਾਫ ਇੱਕ ਵੀ ਵਰਡ ਨਹੀਂ ਬੋਲ ਰਹੇ ਵੇਖੋ ਸੁਸੀ ਸੁਨੀਲ ਜਾਖੜ ਦੀ ਤੇ ਗੱਲ ਹੀ ਛੱਡੋ ਜੀ ਸੁਨੀਲ ਜਾਖੜ ਦੀ ਜ਼ੁਬਾਨ ਤੇ ਕੀ ਫੀਤ ਕਰੀਏ ਸੁਨੀਲ ਜਾਖੜ ਤੇ ਇੱਕ ਪਾਰਟੀ ਦਾ ਹੋਏ ਤੇ ਤਾਂ ਹੈ ਜੀ ਜਿਹੜਾ ਆਦਮੀ ਰਿਸਪਾਂਸਿਬਲ ਸੀ ਅੱਜ ਉਹ ਪੰਜਾਬ ਕਾਂਗਰਸ ਦੀ ਹਾਲਤ ਹੈ ਇਟ ਇਜ਼ ਬਿਕੋਜ਼ ਆਫ ਅਮਰਿੰਦਰ ਸਿੰਘ ਐਂਡ ਸੁਨੀਲ ਜਾਖੜ ਬੇੜਾ ਬਿਠਾ ਕੇ 78 ਸੀਟਾਂ ਸੀ ਸਾਡੇ ਕੋਲ 77 18 ਤੇ ਛੱਡ ਕੇ ਗਿਆ ਹੁਣ ਇਹ ਭਾਜਪਾ ਦਾ ਜਾ ਕੇ ਪ੍ਰਧਾਨ ਬਣ ਗਿਆ ਮੈਂ ਤੇ ਭਾਜਪਾ ਦੀ ਲੀਡਰਸ਼ਿਪ ਤੋਂ ਰਾਨਾ ਕਿਸੇ ਟਾਈਮ ਬੀਜੇਪੀ ਮੰਨੀ ਜਾਂਦੀ ਸੀ ਕਿ ਆਪਣੀ ਡਾਇਓਲੋਜੀ ਨਾਲ ਬਹੁਤ ਪਿਆਰ ਕਰਦੇ ਆਪਣੀ ਡਾਇਓਲੋਜੀ ਤੇ ਬਲੀਵ ਕਰਦੇ ਨੇ ਜਿੰਨੇ ਬੰਦੇ ਆਰਐਸਐਸ ਦੇ ਵੋਲੰਟੀਅਰਸ ਨੇ ਜਿਹੜੇ ਸ਼ਾਖਾ ਟੈਂਡ ਕਰਦੇ ਨੇ ਖਾਕੀ ਨਿਕਰਾਂ ਪਾਉਂਦੇ ਨੇ ਜਾਂ ਪੈਂਟਾਂ ਪਾਉਂਦੇ ਕੱਲੇ ਉਹਨੂੰ ਮੌਕਾ ਦਿੰਦੇ ਹੁਣ ਇਹ ਖਾਕੀ ਨਿਕਰਾਂ ਵਾਲਿਆਂ ਦਾ ਤਾਂ ਮੌਕਾ ਹੀ ਨਹੀਂ ਆਇਆ ਜੀ ਉਹ ਵਿਚਾਰੇ ਸ਼ਾਖਾ ਦੇ ਵਿੱਚ ਸੂਰਜ ਨਮਸਕਾਰ ਸੂਰਜ ਨਮਸਕਾਰ ਦੇ ਕਰਦੇ ਰਹੇ ਨੇ ਤੇ ਜਿਹੜੇ ਪੁਰਾਣੇ ਕਾਂਗਰਸੀਮੈਂਟ ਸੀ ਜਿਹਨਾਂ ਕਾਂਗਰਸ ਦਾ ਬੇੜਾ ਪਾਇਆ ਉਹ ਜਾ ਕੇ ਹੁਣ ਭਾਜਪਾ ਨੂੰ ਅੱਜ ਲੀਡ ਕਰ ਰਹੇ ਨੇ ਜੀ ਹੁਣ ਪਿਛਲੇ ਦਿਨੀ ਸੁਨੀਲ ਜਾਖੜ ਗਵਰਨਰ ਸਾਹਿਬ ਨੂੰ ਮਿਲਣ ਗਏ ਤੇ ਕਿਸੇ ਨੇ ਤੰਜ ਕਸ ਕੇ ਪੁੱਛਿਆ ਕਿ ਸਾਨੂੰ ਤੇ ਆ ਜ ਆਪ ਦਾ ਕਿ ਕਾਂਗਰਸ ਦੀ ਬੀਜ ਟੀਮ ਫਿਰਦੀ ਉੱਥੇ ਉੱਥੇ ਕੋਈ origignal ਬੀਜਪੀ ਦਾ ਆਦਮੀ ਹੈ ਨਹੀਂ ਸੀ ਜਾਖੜ ਸਾਹਿਬ ਨਾਲ ਟੋਟਲ ਐਸ ਟਾਈਮ ਸੁਨੀਲ ਜਾਖੜ ਇਜ਼ ਅ ਬਿਗ ਫਲॉप ਅੱਛਾ ਤੁਸੀਂ ਖੁੱਲ ਕੇ ਬੋਲ ਰਹੇ ਹੋ ਪਰ ਪੰਜਾਬੀ ਬੀਜਪੀ ਦੇ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਨੇ ਕਿ ਰਾਜਾ ਵੜਿੰਗ ਅੱਜ ਕੱਲ ਸੀਐਮ ਮਾਨ ਦੇ ਖਿਲਾਫ ਇੱਕ ਵੀ ਵਰਡ ਨਹੀਂ ਬੋਲ ਰਹੇ ਮੇਕੋ ਸੁਸੀ ਸੁਨੀਲ ਜਾਖੜ ਦੀ ਤੇ ਗੱਲ ਹੀ ਛਡੋ ਜੀ ਸੁਨੀਲ ਜਾਖੜ ਦੀ ਜ਼ੁਬਾਨ ਤੇ ਕੀ ਫੀਤ ਕਰੀਏ ਸੁਨੀਲ ਜਾਖੜ ਤੇ ਇੱਕ ਪਾਰਟੀ ਦਾ ਹੋਏ ਤੇ ਤਾਂ ਹੈ ਜੀ ਜਿਹੜਾ ਆਦਮੀ ਰਿਸਪਾਂਸਿਬਲ ਸੀ ਅੱਜ ਉਹ ਪੰਜਾਬ ਕਾਂਗਰਸ ਦੀ ਹਾਲਤ ਹੈ ਇਟ ਇਜ਼ ਬਿਕੋਜ਼ ਆਫ ਅਮਰਿੰਦਰ ਸਿੰਘ ਐਂਡ ਸੁਨੀਲ ਜਾਖੜ ਬੇੜਾ ਬਿਠਾ ਕੇ 78 ਸੀਟਾਂ ਸੀ ਸਾਡੇ ਕੋਲ 17 18 ਤੇ ਛੱਡ ਕੇ ਗਿਆ ਹੁਣ ਇਹ ਭਾਜਪਾ ਦਾ ਜਾ ਕੇ ਪ੍ਰਧਾਨ ਬਣ ਗਿਆ ਮੈਂ ਤੇ ਭਾਜਪਾ ਦੀ ਲੀਡਰਸ਼ਿਪ ਤੋਂ ਰਾਨਾ ਕਿਸੇ ਟਾਈਮ ਬੀਜੇਪੀ ਮੰਨੀ ਜਾਂਦੀ ਸੀ ਕਿ ਆਪਣੀ ਡਾਇਓਲੋਜੀ ਨਾਲ ਬਹੁਤ ਪਿਆਰ ਕਰਦੇ ਆਪਣੀ ideologies ਤੇ ਬਲੀਵ ਕਰਦੇ ਨੇ ਜਿੰਨੇ ਬੰਦੇ RSS ਦੇ ਵੋਲੰਟੀਅਰਸ ਨੇ ਜਿਹੜੇ ਸ਼ਾਖਾ ਟੈਂਡ ਕਰਦੇ ਨੇ ਖਾਕੀ ਨਿਕਰਾਂ ਪਾਉਂਦੇ ਨੇ ਜਾਂ ਪੈਂਟਾਂ ਪਾਉਂਦੇ ਕੱਲੇ ਉਹਨੂੰ ਮੌਕਾ ਦਿੰਦੇ ਹੁਣ ਇਹ ਖਾਕੀ ਨਿਕਰਾਂ ਵਾਲਿਆਂ ਦਾ ਤਾਂ ਮੌਕਾ ਹੀ ਨਹੀਂ ਆਇਆ ਜੀ ਉਹ ਵਿਚਾਰੇ ਸ਼ਾਖਾ ਦੇ ਵਿੱਚ ਸੂਰਜ ਨਮਸਕਾਰ ਸੂਰਜ ਨਮਸਕਾਰ ਦੇ ਕਰਦੇ ਰਹੇ ਨੇ ਤੇ ਇਹ ਜਿਹੜੇ ਪੁਰਾਣੇ ਕਾਂਗਰਸਮੈਨ ਸੀ ਜਿਨ੍ਹਾਂ ਕਾਂਗਰਸ ਦਾ ਬੇੜਾ ਪਾਇਆ ਉਹ ਜਾ ਕੇ ਹੁਣ ਭਾਜਪਾ ਨੂੰ ਅੱਜ ਲੀਡ ਕਰ ਰਹੇ ਨੇ ਜੀ ਹੁਣ ਪਿਛਲੇ ਦਿਨੀ ਸੁਨੀਲ ਜਾਖੜ ਗਵਰਨਰ ਸਾਹਿਬ ਨੂੰ ਮਿਲਣ ਗਏ ਤੇ ਕਿਸ ਨੇ ਤਾਂ ਜੀ ਕਸ ਕੇ ਪੁੱਛਿਆ ਕਿ ਸਾਨੂੰ ਤੇ ਆ ਜਾਪਦਾ ਕਿ ਕਾਂਗਰਸ ਦੀ ਬੀ ਟੀਮ ਫਿਰਦੀ ਉਥੇ ਉਥੇ ਕੋਈ origignal ਬੀਜਪੀ ਦਾ ਆਦਮੀ ਹੈ ਨਹੀਂ ਸੀ ਜਾਖੜ ਸਾਹਿਬ ਨਾਲ ਟੋਟਲ ਐਸ ਟਾਈਮ ਸੁਨੀਲ ਜਾਖੜ ਇਜ਼ ਅ ਬਿਗ ਫਲॉप ਅੱਛਾ ਤੁਸੀਂ ਖੁੱਲ ਕੇ ਬੋਲ ਰਹੇ ਹੋ ਪਰ ਪੰਜਾਬੀ ਬੀਜਪੀ ਦੇ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਨੇ ਕਿ ਰਾਜਾ ਵੜਿੰਗ ਅੱਜ ਕੱਲ ਸੀਐਮ ਮਾਨ ਦੇ ਖਿਲਾਫ ਇੱਕ ਵੀ ਵਰਡ ਨਹੀਂ ਬੋਲ ਰਹੇ ਵਿਖੋ ਸੁਸੀ ਸੁਨੀਲ ਜਾਖੜ ਦੀ ਤੇ ਗਾਲੀ ਛੱਡੋ ਜੀ ਸੁਨੀਲ ਜਾਖੜ ਦੀ ਜ਼ੁਬਾਨ ਤੇ ਕੀ ਫੀਤ ਕਰੀਏ ਸੁਨੀਲ ਜਾਖੜ ਤੇ ਇੱਕ ਪਾਰਟੀ ਦਾ ਹੋਏ ਤੇ ਤਾਂ ਇਹ ਜਿਹੜਾ ਆਦਮੀ ਰਿਸਪਾਂਸਿਬਿਲਟੀ ਆ ਜੋ ਪੰਜਾਬ ਕਾਂਗਰਸ ਦੀ ਹਾਲਤ ਹੈ ਇਟ ਇਜ਼ ਬਿਕੋਜ਼ ਆਫ ਅਮਰਿੰਦਰ ਸਿੰਘ ਐਂਡ ਸੁਨੀਲ ਜਾਕਰ ਬੇੜਾ ਬਿਠਾ ਕੇ 78 ਸੀਟਾਂ ਸੀ ਸਾਡੇ ਕੋਲ 17 18 ਤੇ ਛੱਡ ਕੇ ਗਿਆ ਹੁਣ ਇਹ ਭਾਜਪਾ ਦਾ ਜਾ ਕੇ ਪ੍ਰਧਾਨ ਬਣ ਗਿਆ ਮੈਂ ਤੇ ਭਾਜਪਾ ਦੀ ਲੀਡਰਸ਼ਿਪ ਤੋਂ ਰਾਨਾ ਕਿਸੇ ਟਾਈਮ ਬੀਜੇਪੀ ਮੰਨੀ ਜਾਂਦੀ ਸੀ ਕਿ ਆਪਣੀ ਡਾਇਓਲੋਜੀ ਨਾਲ ਬਹੁਤ ਪਿਆਰ ਕਰਦੇ ਆਪਣੀ ਡਾਇਓਲੋਜੀ ਤੇ ਬਲੀਵ ਕਰਦੇ ਨੇ ਜਿੰਨੇ ਬੰਦੇ ਆਰਐਸਐਸ ਦੇ ਵੋਲੰਟੀਅਰਸ ਨੇ ਜਿਹੜੇ ਸ਼ਾਖਾ ਟੈਂਡ ਕਰਦੇ ਨੇ ਖਾਕੀ ਨਿਕਰਾਂ ਪਾਉਂਦੇ ਨੇ ਜਾਂ ਪੈਂਟਾਂ ਪਾਉਂਦੇ ਕੱਲੇ ਉਹਨੂੰ ਮੌਕਾ ਦਿੰਦੇ ਹੁਣ ਇਹ ਖਾਕੀ ਨਿਕਰਾਂ ਵਾਲਿਆਂ ਦਾ ਤਾਂ ਮੌਕਾ ਹੀ ਨਹੀਂ ਆਇਆ ਜੀ ਉਹ ਵਿਚਾਰੇ ਸ਼ਾਕਾ ਦੇ ਵਿੱਚ ਸੂਰਜ ਨਮਸਕਾਰ ਸੂਰਜ ਨਮਸਕਾਰ ਦੇ ਕਰਦੇ ਰਹੇ ਨੇ ਤੇ ਇਹ ਜਿਹੜੇ ਪੁਰਾਣੇ ਕਾਂਗਰਸਮੈਨ ਸੀ ਜਿਨ੍ਹਾਂ ਕਾਂਗਰਸ ਦਾ ਬੇੜਾ ਪਾਇਆ ਉਹ ਜਾ ਕੇ ਹੁਣ ਭਾਜਪਾ ਨੂੰ ਅੱਜ ਲੀਡ ਕਰ ਰਹੇ ਨੇ ਜੀ ਹੁਣ ਪਿਛਲੇ ਦਿਨੀ ਸੁਨੀਲ ਜਾਖੜ ਗਵਰਨਰ ਸਾਹਿਬ ਨੂੰ ਮਿਲਣ ਗਏ ਕਿ ਕਿ ਸੇਨਤਾਂ ਦੇ ਕਸ ਕੇ ਪੁੱਛਿਆ ਕਿ ਸਾਨੂੰ ਤੇ ਆ ਜਾਪਦਾ ਕਿ ਕਾਂਗਰਸ ਦੀ ਬੀ ਟੀਮ ਫਿਰਦੀ ਉਥੇ ਉਥੇ ਕੋਈ origignal ਬੀਜਪੀ ਦਾ ਆਦਮੀ ਹੈ ਨਹੀਂ ਸੀ ਜਾਖੜ ਸਾਹਿਬ ਨਾਲ ਟੋਟਲ ਇਸ ਟਾਈਮ ਸੁਨੀਲ ਜਾਖੜ ਇਜ਼ ਅ ਬਿਗ ਫਲਪ